ਮੇਤੋ ਸਹਰੇ ਪਿੰਡ ਵਾਗਿਆ ਫੁੱਫੜ ਵਿਆਹ ਚ ਸਾਲੇ ਦੇ ਮੁੰਡੇ ਦੇ ਘਰ ਪੈਂਦੇ ਪੂਰੇ ਗਾਚ ਰੱਖਤੀ ਡਿਮਾਂਡ ਕਹਿੰਦਾ ਮੇਰੀ ਸੇਵਾ ਹੋਣੀ ਚਾਹੀਦੀ ਦਾਰੂ ਮੀਟ ਮੀਣਾ ਨਹੀਂ ਕੋਈ ਚੀਜੀ ਚਾਹੀਦੀ ਇੱਕ ਦੂਜੇ ਤੋਂ ਮੂਰੇ ਉਹਦੀ ਸੇਵਾ ਰਹਿ ਕਰ ਜੀ ਫੁੱਫੜ ਨਾ ਰੁੱਸ ਜੇ ਸਾਰੇ ਟੱਬਰ ਨੂੰ ਸੀ ਡਰ ਜੀ ਤਿੰਨ ਚਾਰ ਦਿਨ ਪੂਰਾ ਰੱਖਿਆ ਤਪਾਕ ਜੀ ਠੰਡੀ ਚੀਜ਼ ਮਾਰਦਾ ਸੀ ਵਿਹੜੇ ਚ ਬਗਾ ਕੇ ਜੀ ਪਰੋਣੇ ਭੈਣ ਭਾਈ ਸਾਰੇ ਰਿਸ਼ਤੇਦਾਰ ਸਾਉ ਸੀ ਇਹ ਨਹੀਂ ਕੱਲਾ ਲੋਟ ਆਉਂਦਾ ਸਿੰਘ ਅੜਾਉ ਸੀ ਤਿੰਨ ਚਾਰ ਦਿਨਾਂ ਵਿੱਚ 30 ਵਾਰੀ ਲੜਿਆ ਤੰਗ ਭੈਣ ਭਾਈ ਇਹ ਤੋਂ ਸਾਰੇ ਹੀ ਬੜਿਆ ਤੜਕੀ ਬਰਾਤ ਵਾਲਾ ਦਿਨ ਜਦੋਂ ਚੜਿਆ ਮਾਰ ਕੇ ਪੈਗ ਫੁੱਲਾਂ ਵਾਲੀ ਕਾਰ ਚ ਜਾ ਵੜਿਆ ਚੱਲ ਲੈ ਗਏ ੱੱਕੇ ਨਾਲ ਜਾ ਕੇ ਪਾਇਲਸ ਤੇ ਛੱਡਤਾ ਇੱਕ ਵਾਰੀ ਗਲ ਪੈਦਾ ਟੱਬਰ ਨੇ ਇਹਦਾ ਫਹਾ ਵੱਡਤਾ ਜਾਣਸਾਰ ਹੋ ਗਿਆ ਸਟੇਜ ਕਣੀ ਸਿੱਧਾ ਜੀ 2 ਮਿੰਟ ਪੈਂਦਾ ਬਸ ਦੇਖਿਆ ਸੀ ਗਿੱਧਾ ਜੀ ਬਹਿ ਗਿਆ ਸੀ ਸੋਫੇ ਨੂੰ ਬਣਾ ਕੇ ਟੂ ਬੈੱਡ ਦੀ ਬਹਿ ਰਹੇ ਨੇ ਕਰਤੀ ਸੀ ਟਰੇ ਮੂਰੇ ਪੈਗ ਦੀ ਜੋੜ ਕੇ ਗਲਾਸ ਸੁੱਕੇ ਤੰਨ ਪੈਗ ਮਾਰੇ ਨੇ ਦਿੱਤਾ ਨਹੀਂ ਉਹ ਸਾਥ ਇਹਦਾ ਠੰਡੇ ਜਾ ਖਾਰੇ ਨੇ ਖੀਰਾ ਗੰਡਾ ਚੱਬ ਫਿਰ ਦੋ ਇਕੱਠੇ ਭਰ ਲੇ ਜਰਕਦੀ ਨੇ ਪੀ ਕੇ ਦੋਨੇ ਗਲਾਸ ਖਾਲੀ ਕਰ ਲੇ ਬਸ ਫਿਰ ਖੁੱਲ ਗਿਆ ਉੱਕਾ ਪੁੱਕਾ ਜੀ ਲੰਗਣ ਨਹੀਂ ਦਿੱਤਾ ਕੋਈ ਬਹਿਰਾ ਸੁੱਕਾ ਜੀ ਜੰਮਦਾ ਇਹ ਦੁੱਧ ਕਿੱਥੇ ਬਿੱਲੀ ਦੇ ਸਹਰਾਣੇ ਜੀ ਉੱਠ ਗਿਆ ਦੇਣ ਗਿਆ ਪੈਲਸ ਤੋਂ ਬਾਹਰੇ ਜੀ ਠੰਡੀ ਠਾਰ ਹਵਾ ਚੱਲੇ ਚੜ ਗਈ ਸਰਾਟੇ ਨਾਲ ਮਾਰਿਆ ਭਗਾ ਕੇ ਪਰਾਂ ਬਰਸੀਨ ਚ ਫਰਾਟੇ ਨਾਲ ਸੁਰਤ ਨਾ ਰਹੀ ਪਿਆ दारू ਨਾਲ ਰੱਜ ਕੇ 12 1 2 3 4 ਇਕੱਠੇ ਵੱਜ ਗਏ ਤੁਰੀ ਡੋਲੀ ਤੁਰੇ ਨੇ ਬਰਾਤੀ ਕੁੜੀ ਵਾਲੇ ਜੀ ਫਫੜ ਨੂੰ ਜਾਗ ਕਹਲੇ ਕਿੱਥੇ ਆਈ ਹਾਲੇ ਵੀ ਘਰੇ ਜਾ ਕੇ ਸ਼ਾਂਤੀ ਮਾਹੌਲ ਪੂਰਾ ਜਾਪਦਾ ਕਹਿੰਦੇ ਫਫੜ ਨੇ ਦੀਂਦਾ ਹਰ ਕੋਈ ਗੱਲ ਆਖਦਾ ਗਏ ਮੁੜ ਕੇ ਗਵਾਂਢੀ ਦੇਖ ਘਰੇ ਪੈਂਦੇ ਡਾਟ ਨੂੰ ਪੀਟਰ ਰੇੜੇ ਚ ਪਾ ਕੇ ਲਿਆਂਦਾ ਅੱਧੀ ਰਾਤ ਨੂੰ ਨਿਬੜ ਵਿਆਹ ਗਿਆ ਸਾਰੀ ਰਾਤ ਜਾਗੇ ਦੂਜੇ ਦਿਨ ਰਿਸ਼ਤੇਦਾਰ ਸਾਰੇ ਘਰੋਂ ਬਾਗੇ ਹਫਤੇ ਬਾਅਦ ਮੇਲ ਨਹੀਂ ਤੇ ਫਫੜ ਫੇਰ ਆ ਗਿਆ ਉਹੀ ਕੰਮ ਫੇਰ ੱੱੱਕੇ ਨਾਲ ਪੈਗ ਲਾ ਗਿਆ ਸੱਦਿਆ ਵਿਆਹ 'ਚ ਜਿਹੜਾ ਮੂਵੀ ਵਾਲਾ ਭਾਈ ਸੀ ਆ ਕੇ ਉਹਨੇ ਐਲਬਮ 'ਤੇ ਟੱਬਰ ਨੂੰ ਫੜਾਈ ਸੀ ਖੋਸ ਹੁਣ ਸਾਰੇ ਆਪੋ ਆਪਣੀਆਂ ਫੋਟੋਆਂ ਦੇਖ ਕੇ ਪਰ ਫੁੱਫੜ ਨਿਰਾਸ਼ ਆਪਣੀਆਂ ਫੋਟੋਆਂ ਕਿਤੇ ਵੀ ਨਾ ਦੇਖ ਕੇ ਸਟੂਡੀਓ ਦਾ ਗਲਮਾ ਫੜ ਗਾਲਾਂ ਕੱਢੀ ਜਾਵੇ ਬਥੇਰੀਆਂ ਕਹਿੰਦਾ ਐਲਬਮ 'ਚ ਤੂੰ ਫੋਟੋ ਐਵੇਂ ਕਟੀਆਂ ਕਿਉਂ ਮੇਰੀਆਂ ਚੜਿਆ ਟੱਬਰ ਨੂੰ ਹਰਕ ਫੁੱਫੜ ਦੇ ਲਫੇੜਾ ਗੱਡਦਾ ਕਹਿੰਦੇ ਸਾਰਾ ਵਿਆਹ ਦਾ ਤੂੰ ਤੇਜੇ ਕੇ ਵਰਸੀਨ 'ਤੇ ਕੱਟਦਾ ਪਾਏਗੇ ਪ੍ਰਾਉਣੇ ਚਾਚੇ ਤਾਏ ਮਾਮੇ ਫੁੱਫੜ ਨੂੰ ਕਹਿੰਦੇ ਐਵੇਂ ਯਾਰ ਸਿਰ ਚੜਾਇਆ ਇਹਨੂੰ ਮੱਛੜ ਨੂੰ ਬਦਲ ਤੇ ਰਿੰਗ ਕੰਮ ਇੰਜਣ ਦਾ ਕਰਤਾ ਇੱਕੋ ਝੜਕੇ ਚ ਫੁੱਫੜ ਦੇ ਸੌ ਲਫੀੜਾ ਜੜਤਾ ਹੋ ਗਿਆ ਕੰਮ ਸੈੱਟ ਸਾਰੀ ਪੀਤੀ ਹੋਈ ਲੈ ਗਈ ਫੁੱਫੜ ਦੀ ਜ਼ਬਾਨ ਫਿਰ ਸੌਰੀ ਸੌਰੀ ਕਹਿ ਗਈ ਮੰਨੀ ਜਾਵੇ ਗਲਤੀ ਆਖਿਆ ਆਕੜ ਨਹੀਂ ਰੱਖੀ ਦੀ ਫੁੱਫੜ ਬਣ ਕੇ ਫੀਲਿੰਗ ਪ੍ਰਾਉਣੇ ਦੀ ਨਹੀਂ ਚੱਕੀ ਦੀ ਕਹਿੰਦਾ ਸਹੁਰੇ ਘਰ ਜਾ ਕੇ ਧੌਣ ਝਕਾ ਲੈਣੀ ਚਾਹੀਦੀ ਜੇ ਕਰੇ ਕੋਈ ਸੇਵਾ ਤਾਂ ਕਰਾ ਲੈਣੀ ਚਾਹੀਦੀ ਛੋਟਾ ਹੋਵੇ ਵੱਡਾ ਹੋਵੇ ਪਿਆਰ ਨਾਲ ਬੁਲਾਈਦਾ ਪਰ ਸਹੁਰੇ ਘਰ ਜਾ ਕੇ ਨਹੀਂ ਉਹ ਰੋਣਾ ਰੱਪਾ ਪਾਈਦਾ ਕਹਿੰਦਾ ਛੋਟਾ ਹੋਵੇ ਵੱਡਾ ਹੋਵੇ ਸਾਰਿਆਂ ਨੂੰ ਪਿਆਰ ਨਾਲ ਬੁਲਾਈਦਾ ਕਹਿੰਦਾ ਪਰ ਸਹੁਰੇ ਘਰ ਜਾ ਕੇ ਅੱਜ ਤੋਂ ਬਾਅਦ ਨਹੀਂ ਉਹ ਰੋਣਾ ਰੱਪਾ ਪਾਈਦਾ ਮਿੱਤਰੋ ਜੇ ਵੀਡੀਓ ਵਧੀਆ ਲੱਗੇ ਸ਼ੇਅਰ ਕਰਦੇ ਹੋ ਕੋਈ ਵੀ ਬੰਦਾ ਹੋਵੇ ਵਿਆਹਾਂ ਸਾਧੀਆਂ ਚ ਕਿਸੇ ਵੀ ਪ੍ਰੋਗਰਾਮ ਚ ਹੋਵੇ ਰਿਸ਼ਤੇਦਾਰ ਆਪਦੇ ਮਾਮਾ ਚਾਚਾ ਤਾਇਆ ਫਫੜ ਮਾਸੜ ਭੈਣ ਭਾਈ ਕੋਈ ਵੀ ਬੰਦਾ ਹੋਵੇ ਕਿਸੇ ਵੀ ਰਿਸ਼ਤੇਦਾਰੀ ਚ ਜਾ ਕੇ ਰੋ ਬਣਾ ਮਾਰੋ ਜੇ ਕੋਈ ਬੰਦਾ ਸੁਢੀ ਸੇਵਾ ਕਰਦਾ ਪਿਆਰ ਨਾਲ ਕਰਾ ਲਓ ਉਦੇ ਸਿਰ ਨਾ ਚੜੋ ਮੇਨ ਨਾ ਜਾ ਕੇ ਬਣੋ ਮੇਨ ਬੰਦਾ ਨਾ ਜਾ ਕੇ ਬਣੋ ਕੋਈ ਤੇ ਵੀ ਪ੍ਰੋਗਰਾਮ ਚ ਜਾ ਕੇ ਜਦੋਂ ਮੇਨ ਬਣਦਾ ਫਿਰ 70 ਅਪਰੇਡ ਹੁੰਦੀ ਹੁੰਦੀ ਆ ਫਿਰ ਅਗਲਾ ਇਹ ਨਹੀਂ ਦੇਖਣਾ ਪ੍ਰਾਣਾ ਫਫੜ ਕੋਈ ਵੀ ਹੋਵੇ ਫਿਰ ਅਗਲਾ ਕਹਿੰਦਾ ਸਿੱਟ ਲਓ ਇਹ ਗਾਣੇ ਚ ਚੱਲਦਾ ਹੁੰਦਾ ਵੀ ਕਹਿੰਦੇ ਸਾਰੇ ਪਿੰਡ ਤੋਂ ਲੋਟ ਫਿਰ ਆਉਣਾ ਨਹੀਂ ਜੇ ਰੁੱਸ ਗਿਆ ਪ੍ਰਾਣਾ ਇਹ ਗਾਣੇ ਚ ਚੱਲਦਾ ਤੇ ਆਸਲ ਜ਼ਿੰਦਗੀ ਚ ਇਹ ਚੀਜ਼ ਨਹੀਂ ਚੱਲਦੀ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ